ਪੰਜਾਬੀ ਗੁਨਾਹ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਬੀਤੇ ਦਿਨਾਂ ਤੋਂ ਲੀਬੀਆ ਦੇ ਵਿੱਚ ਪੋਰਟ ਦੇ ਉੱਪਰ ਹਵਾਈ ਹਮਲਿਆਂ ਦੇ ਚੱਲਦੇ ਆ ਕੱਚੇ ਤੇਲ ਦੀ ਸਪਲਾਈ ਦੇ ਉੱਪਰ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਕੱਚੇ ਤੇਲ ਦੀ ਸਪਲਾਈ ਜਿਹੜੀ ਕਿ ਰੁਕ ਚੁੱਕੀ ਹੈ, ਜਿਸ ਕਰਕੇ ਕੱਚੇ ਤੇਲ ਦੀ ਸਪਲਾਈ ਨਾ ਆਉਣ ਨਾਲ ਭਾਰਤ ਦੇ ਅੰਦਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਾਰੀ ਹੈ ਤੇ ਵੀਰਵਾਰ ਨੂੰ ਵੀ ਇਹ ਵਾਧਾ ਜਿਹੜਾ ਕਿ ਦੇਖਣ ਨੂੰ ਮਿਲਿਆ ਤੇ ਉੱਥੇ ਕੱਚੇ ਤੇਲ ਦੀ ਕੀਮਤਾਂ 'ਚ ਇਹ ਤੇਜ਼ੀ ਨਾਲ ਗਿਰਾਵਟ ਜਿਹੜੀ ਕਿ ਪਹਿਲਾਂ ਦੇਖੀ ਗਈ ਸੀ, ਪਰ ਹੁਣ ਕਿਤੇ ਨਾ ਕਿਤੇ ਇੱਕ ਵੱਡੀ ਮੁਸ਼ਕਲ ਜਿਹੜੀ ਕਿ ਭਾਰਤ ਦੇ ਵਿੱਚ ਵੀ ਖੜੀ ਹੋਣ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਕੱਚੇ ਤੇਲ ਦਾ ਅਸਰ ਜਿਹੜਾ ਕਿ ਭਾਰਤ ਦੇ ਉੱਪਰ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ ਭਾਰਤ ਦੇ ਵਿੱਚ ਕੱਚੇ ਤੇਲ ਦੀ ਕੀਮਤਾਂ ਤੋਂ ਬਾਅਦ ਹੀ ਜਿਹੜੇ ਕਿ ਅਸਲੀ ਤੇਲ ਦੇ ਰੇਟ ਤੈਅ ਕੀਤੇ ਜਾਂਦੇ ਨੇ, ਪਰ ਹੁਣ ਕਿਤੇ ਨਾ ਕਿਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਸਕਦਾ। ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਨੇ ਤੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਵਿੱਚ ਵੀ ਵਾਧਾ ਹੁੰਦਾ। ਬੀਤੇ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਜਿਸ ਸਥਿਰਤਾ ਬਣੀ ਹੋਈ ਸੀ, ਇੰਡੀਅਨ ਆਇਲ ਦੀ ਵੈਬਸਾਈਟ ਦੇ ਮੁਤਾਬਿਕ ਦਿੱਲੀ, ਕੋਲਕਾਤਾ, ਮੁੰਬਈ, ਚੇਨਈ ਵਿੱਚ ਪੈਟਰੋਲ ਦੀ ਕੀਮਤਾਂ ਬਿਨਾਂ ਕਿਸੇ ਬਦਲਾਅ ਦੇ ਕ੍ਰਮਵਾਰ 71 ਰੁਪਏ 99 ਪੈਸੇ ਤੇ 74 ਰੁਪਏ 53 ਪੈਸੇ, 77 ਰੁਪਏ 56 ਪੈਸੇ ਤੇ 74 ਰੁਪਏ 68 ਪੈਸੇ ਪ੍ਰਤੀ ਲੀਟਰ ਰਿਹਾ। ਉੱਥੇ ਹੀ ਡੀਜ਼ਲ ਦੀ ਕੀਮਤਾਂ ਵਿੱਚ ਵੀ ਸਥਿਰਤਾ ਨਾਲ ਕ੍ਰਮਵਾਰ 64 ਰੁਪਏ 65 ਪੈਸੇ, 66 ਰੁਪਏ 97 ਪੈਸੇ, 67 ਰੁਪਏ 75 ਪੈਸੇ ਤੇ 78 ਰੁਪਏ 27 ਪੈਸੇ ਪ੍ਰਤੀ ਲੀਟਰ ਰਿਹਾ। ਇਸ ਤੋਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਕਟੌਤੀ ਦੇਖਣ ਨੂੰ ਮਿਲ ਰਹੀ ਸੀ, ਜਿਸ ਨਾਲ ਭਾਅ 5 ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਿਆ ਸੀ। ਈ ਜੇਲ ਬ੍ਰੇਕਿੰਗ ਦੀ ਡਿਪਟੀ ਵਾਈਸ ਪ੍ਰੈਜੀਡੈਂਟ ਅਨੁਜ ਗੁਪਤਾ ਨੇ IANS ਨੂੰ ਦੱਸਿਆ ਕਿ ਪਹਿਲਾਂ ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੋਕ ਅਤੇ ਰੂਸ ਦੁਆਰਾ ਤੇਲ ਦੇ ਉਤਪਾਦਨ ਵਿੱਚ ਵੱਧ ਕਟੌਤੀ ਕਾਰਨ ਦੇਸ਼ ਦਿੱਤੇ ਜਾਣ ਵਾਲੇ ਤੇਲ ਦੀ ਕੀਮਤਾਂ ਦੇ ਅੰਦਰ ਤੇਜ਼ੀ ਆਈ, ਜਿਸ ਨਾਲ ਲੀਬੀਆ ਵਿੱਚ ਤਣਾਵ ਕਾਰਨ ਸਪਲਾਈ ਦੇ ਅੰਦਰ ਰੁਕਾਵਟਾਂ ਦੁਆਰਾ ਸਮਰਥਨ ਕੀਤਾ ਗਿਆ। ਪਰ ਉੱਥੇ ਹੀ ਕੋਰੋਨਾ ਵਾਇਰਸ ਦੀ ਗੱਲ ਕੀਤੀ ਜਾਵੇ, ਇਹਦਾ ਅਸਰ ਦੇ ਚੱਲਦੇ ਆ ਤੇਲ ਦੀ ਮੰਗ ਜਿੰਨੀ ਘਟੀ ਆ, ਪਰ ਉਹਦੇ ਨਾਲ ਨਾਲ ਵੱਡੀ ਮੁਸ਼ਕਲ ਇਹ ਹੈ ਕਿ ਹੁਣ ਤੇਲ ਦੀ ਸਪਲਾਈ ਵੀ ਘਟਣ ਦੀ ਸੰਭਾਵਨਾ ਉਸੇ ਤਰ੍ਹਾਂ ਬਰਕਰਾਰ ਹੋ ਚੁੱਕੀ ਆ ਤੇ ਜੇਕਰ ਤੇਲ ਦੀ ਸਪਲਾਈ ਇਸੇ ਤਰ੍ਹਾਂ ਘੱਟ ਗਈ ਤਾਂ ਪੰਜਾਬ ਤੋਂ ਲੈ ਕੇ ਪੂਰੇ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਵੱਡਾ ਫਰਕ ਪਏਗਾ। ਤੇ ਉੱਥੇ ਦੱਸਿਆ ਜਾ ਰਿਹਾ ਕਿ ਲੀਬੀਆ ਦੇ ਵਿੱਚ ਤਣਾਅ ਹਜੇ ਤੱਕ ਬਰਕਰਾਰ ਹੈ, ਜਿਸ ਕਰਕੇ ਤੇਲ ਦੀ ਸਪਲਾਈ ਪੂਰੀ ਤਰ੍ਹਾਂ ਰੁਕ ਚੁੱਕੀ ਹੈ। ਹੋਰ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ਵਾਲਾ.com ਦੇ ਨਾਲ।